दोस्तों इस टाइम असी खड़े हाँ इस किसान संघर्ष दे विच ते देख रहे हो तुसी यह मुस्लिम भाईचारे वालों इस किसान संघर्ष दे विच अपने वालों जिहड़े लंगर चला रहे हैं लंगर ला रहे हैं देख रहे हो कि एडा वड्डा जिहड़ा यह बल्टो आप कह लिए जिहनूं ते उहदे विच जिहड़े आप जर्दा कह लिए येलो चौल कह लिए मैनूं दिख रहे हैं ते साडे वीर दे हत्थ दे विच प्लेट भी फड़ी हुई है देख सकते हो देसी घिओ दे विच बने हुए ते एक लंगर लाया होया बहुत वधिया गल क्योंकि मैनूं लगदा कि मिठे चौल होने आ हाँ जी ते मिठे चौल जिहड़े हैगे आ इक प्रतीक हैगी आ इक खुशी दा ते इह खुशी वंड रहे आ अपनी अपने वालों जिहड़ा योगदान पा रहे आ ते इत्थों पता चलदा कि पंजाब दे विच भाईचारा जिहड़ा हैगा आ समाज जिहड़ा हैगा रल मिल के तुरदे आ ਭਾਵੇਂ ਉਹ ਖੁਸ਼ੀ ਦਾ ਟਾਈਮ ਹੋਵੇ ਅਤੇ ਭਾਵੇਂ ਇੱਦਾਂ ਦਾ ਇੱਕ ਜਿਹੜਾ ਸੰਘਰਸ਼ ਦਾ ਟਾਈਮ ਆ ਉਹਦੇ ਵਿੱਚ ਵੀ ਰਲ ਮਿਲ ਕੇ ਖੁਸ਼ੀਆਂ ਦਾ ਮਾਹੌਲ ਬਣਾ ਕੇ ਅਤੇ ਤੁਰਦੇ ਆ ਅਤੇ ਪੁੱਛਦੇ ਆ ਗੱਲਾਂ ਬਾਤਾਂ ਕਰਦੇ ਆ ਅਤੇ ਇਹ ਜਿਹੜੇ ਸਾਡੇ ਵੀਰ ਆ ਉਹ ਕਿੱਥੋਂ ਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਤੇ ਤੁਸੀਂ ਇੱਥੋਂ ਲੋਕਲ ਹੀ ਹੋ ਨਹੀਂ ਮੈਂ ਮਲੇਰਕੋਟਲਾ ਤੋਂ ਹਾਦਰ ਨਾਰਾ ਦੀ ਧਰਤੀ ਤੋਂ ਔਰ ਜ਼ੁਲਮ ਦੇ ਖਿਲਾਫ ਇੱਕ ਵਾਰ ਫੇਰ ਲੜਾਈ ਚੱਲ ਰਹੀ ਹੈ ਤਾਂ ਮਲੇਰਕੋਟਲਾ ਕਿਵੇਂ ਪਿੱਛੇ ਰਹਿ ਸਕਦਾ ਸੀ ਵਾਹ ਜੀ ਵਾਹ ਮਲੇਰਕੋਟਲੇ ਤੋਂ ਆਏ ਆ ਸਾਡੇ ਵੀਰ ਇੰਨੀ ਦੂਰੋਂ ਅਤੇ ਆਹ ਬਲਟੋ ਦੇਖ ਕੇ ਪਤਾ ਚੱਲਦਾ ਕਿ ਵੱਡੇ ਦਰਿਆ ਦਿਲ ਹੈਗੇ ਆ ਇਹ ਸਾਡੇ ਦਿੱਲੀ ਦੇ ਵੀ ਵੀਰ ਨਾਲ ਜੁੜੇ ਹੋਏ ਨੇ ਠੀਕ ਹੈ ਇਹ ਲੋਕਲ ਵੀ ਇੱਥੇ ਨਾਲ ਸਾਡੇ ਭਰਾ ਜਿਹੜੇ ਮੁਸਲਿਮ ਭਰਾ ਨੇ ਉਹ ਵੀ ਸਾਡਾ ਸਾਥ ਬਹੁਤ ਦੇ ਰਹੇ ਨੇ ਅਰੇਂਜਮੈਂਟ ਕਰਨ ਵਾਸਤੇ ਇਹ ਵੀ ਨਾਲ ਸਾਡਾ ਸਾਰਾ ਪਹਿਲਾਂ ਇੱਕ ਟੀਮ ਮਲੇਰਕੋਟਲੇ ਤੋਂ ਆਈ ਵੀ ਸੀ ਮੇਰੀ ਉਹ ਹੁਣ ਕੱਲ੍ਹ ਤੱਕ ਫਿਰ ਕੱਲ੍ਹ ਰਾਤ ਗਏ ਨੇ ਪੰਜ ਦਿਨ ਲਗਾ ਕੇ ਔਰ ਚਲੇ ਗਏ ਸੀਗੇ ਔਰ ਕੱਲ੍ਹ ਸ਼ਾਮ ਤੱਕ ਦੁਬਾਰਾ ਆ ਜਾਣਗੇ ਔਰ ਅਸੀਂ ਲਗਾਤਾਰ ਹੀ ਇੱਥੇ ਮਿੱਠੇ ਚਾਵਲ ਜਿਹੜੇ ਨੇ ਕਿਉਂਕਿ ਦੇਖੋ ਕਿਸਾਨ ਵੀਰ ਜਿਹੜੇ ਅੱਜ ਇਸ ਮੁਸੀਬਤ ਦੀ ਘੜੀ ਦੇ ਵਿੱਚ ਨੇ ਔਰ ਜਿਹੜਾ ਕਿਸਾਨ ਸਾਰੀ ਦੁਨੀਆ ਦਾ ਪੇਟ ਭਰਦਾ ਅੱਜ ਉਹਦੇ ਹੀ ਸਮਝ ਲਓ ਉਹਨੂੰ ਹੀ ਪ੍ਰੋਬਲਮ ਕ੍ਰੀਏਟ ਕੀਤੀ ਜਾ ਰਹੀ ਹੈ ਮਗਰ ਇੱਕ ਖੂਬਸੂਰਤ ਚੀਜ਼ ਜਿਹੜੀ ਇੱਥੇ ਪ੍ਰੋਟੈਸਟ ਦੀ ਮੈਂ ਤੁਹਾਨੂੰ ਦੱਸਣਾ ਜ਼ਰੂਰ ਚਾਹੂੰਗਾ ਕਿ ਜਦੋਂ ਦਾ ਇਹ ਪ੍ਰੋਟੈਸਟ ਸ਼ੁਰੂ ਹੋਇਆ ਇੱਥੇ ਪੰਜਾਬ ਦੇ ਵਿੱਚ ਤਾਂ ਚੱਲ ਰਿਹਾ 50 ਦਿਨ ਤੋਂ ਤਾਂ ਇੱਥੇ ਦੇ ਜਿਹੜੇ ਆਲੇ ਦੁਆਲੇ ਦੇ ਲੋਕ ਨੇ ਇੱਥੇ ਜਿਹੜੇ ਜਿਵੇਂ ਗਰੀਬ ਤਬਕਾ ਜਿਵੇਂ ਝੁੱਗੀ ਝੋਪੜੀ ਦੇ ਬੰਦੇ ਲਾ ਲਈ ਆਪਾਂ ਜਾਂ ਫਿਰ ਸਮਝ ਲਓ ਹੋਰ ਗਰੀਬ ਤਬਕਾ ਤਾਂ ਇੱਥੇ ਜਿਵੇਂ ਲੰਗਰ ਗੁਰੂ ਦਾ ਲੰਗਰ ਅਟੁੱਟ ਵਰਤ ਰਿਹਾ ਸਾਡੇ ਵੱਲੋਂ ਵੀ ਮੁਸਲਿਮ ਭਾਈਚਾਰੇ ਵੱਲੋਂ ਵੀ ਇੱਥੇ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਹੋਰ ਵੀ ਕਈ ਸੰਸਥਾਵਾਂ ਵੱਲੋਂ ਨਿਭਾਈ ਜਾ ਰਹੀ ਹੈ ਤਾਂ ਇੱਥੇ ਦੇ ਜਿਹੜੇ ਆਲੇ ਦੁਆਲੇ ਲੋਕ ਨੇ ਮੈਂ ਉਹਨਾਂ ਨੂੰ ਵੀ ਪੁੱਛਿਆ ਮੈਂ ਕਿ ਤੁਹਾਨੂੰ ਕੀ ਲੱਗਦਾ ਤਾਂ ਉਹ ਕਈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਰੋਜ਼ ਇੱਥੋਂ ਗੁਰੂ ਦਾ ਲੰਗਰ ਛੱਕ ਕੇ ਜਾਂਦੇ ਨੇ ਔਰ ਉਹ ਕਹਿੰਦੇ ਨੇ ਵੀ ਕਿ ਅਸਤਾ ਇਹ ਕਹਿੰਦੇ ਹਾਂ ਸਾਰੀ ਜ਼ਿੰਦਗੀ ਤਰਨਾ ਲੱਗਿਆ ਰਹੇ ਇਹ ਇੱਕ ਐਸੀ ਦੇਖੋ ਖੂਬਸੂਰਤੀ ਹੈ ਲੋਕ ਕਹਿੰਦੇ ਨੇ ਕਿਸਾਨ ਜਿਹੜਾ ਪੰਜਾਬ ਦਾ ਮਹਾਨ ਹੈ ਮਹਾਨਤਾ ਹੀ ਹੈ ਇਹ ਇਸ ਤੋਂ ਬੜੀ ਹੋਰ ਮਹਾਨਤਾ ਕਿਉਂਕਿ ਖੁਦ ਪ੍ਰੋਬਲਮ 'ਚ ਬੰਦਾ ਯਾਰ ਅੱਜ ਮੈਂ ਕਿਸੇ ਪ੍ਰੋਬਲਮ 'ਚ ਹੋਵਾਂ ਆਪਾਂ ਕਿਸੇ ਦੀ ਸੇਵਾ ਬਾਰੇ ਸੋਚ ਵੀ ਨਹੀਂ ਸਕਦੇ ਆਪਾਂ ਕਹਿੰਦੇ ਪਹਿਲਾਂ ਯਾਰ ਮੈਂ ਆਪਣੀ ਪ੍ਰੋਬਲਮ ਦੇ ਵਿੱਚੋਂ ਨਿਕਲਾਂ ਔਰ ਅਸੀਂ ਖੁਦ ਪ੍ਰੋਬਲਮ 'ਚ ਸਾਡੇ ਹੱਕਾਂ ਦੇ ਡਾਕੇ ਮਾਰੇ ਜਾ ਰਹੇ ਨੇ ਠੀਕ ਹੈ ਸਾਡੀਆਂ ਜ਼ਮੀਨਾਂ 'ਤੇ ਕਬਜ਼ੇ ਕਰਨ ਦੀਆਂ ਅਤੇ ਕਾਨੂੰਨ ਬਣਾਏ ਜਾ ਰਹੇ ਨੇ ਔਰ ਉਹਦੇ ਬਾਵਜੂਦ ਵੀ ਅਸੀਂ ਲੋਕਾਂ ਦਾ ਹੋਰਾਂ ਦਾ ਗਰੀਬ ਲੋਕਾਂ ਦਾ ਅੱਜ ਵੀ ਢਿੱਡ ਭਰ ਰਹੇ ਹਾਂ ਤਾਂ ਘੱਟੋ ਘੱਟ ਇੰਨਾ ਕੁ ਮੈਂ ਗਰੰਟੀ ਦਿੰਦਾ ਕਿ ਜਦੋਂ ਇਹ ਪ੍ਰੋਟੈਸਟ ਖਤਮ ਹੋਊਗਾ ਇਨਸ਼ਾਅੱਲਾ ਆਪਣੇ ਹੱਕ ਦੇ ਵਿੱਚ ਹੀ ਹੋਊਗਾ ਸਾਰਾ ਕੁਛ ਕਾਲੇ ਕਾਨੂੰਨ ਰੱਦ ਹੋਣਗੇ ਜਦੋਂ ਆਪਾਂ ਵਾਪਸ ਜਾਵਾਂਗੇ ਮਗਰ ਇਹ ਲੋਕ ਜਿਹੜੇ ਇੱਥੇ ਆਲੇ ਦੁਆਲੇ ਦੇ ਨੇ ਆਪਾਂ ਨੂੰ ਸਾਰੀ ਜ਼ਿੰਦਗੀ ਯਾਦ ਰੱਖਣਗੇ ਅਤੇ ਵੀਰ ਜੀ ਮੈਂ ਤੁਹਾਨੂੰ ਪੁੱਛਣੀ ਚਾਹੁੰਦੀ ਹਾਂ ਕਿ ਤੁਹਾਡਾ ਪੇਸ਼ਾ ਕੀ ਆ ਮੈਂ ਬਾਏ ਪ੍ਰੋਫੈਸ਼ਨ ਆ ਮੈਂ ਐਡਵੋਕੇਟ ਵਕੀਲ ਹਾਂ ਮੈਂ ਔਰ ਪਹਿਲੇ ਦਿਨ ਤੋਂ ਜਦੋਂ ਮੈਨੂੰ ਪਤਾ ਲੱਗਿਆ ਕਿ ਯਾਰ ਵੀ ਹੁਣ ਪੰਜਾਬ ਦੀ ਲੜਾਈ ਅੱਜ ਸਾਡਾ ਕਿਸਾਨ ਵੀਰ ਜਿਹੜਾ ਠੀਕ ਹੈ ਸਾਡੇ ਭਰਾ ਨੇ ਇਹ ਸਾਡੀ ਜਾਨ ਹੈ ਜਿਹੜੀ ਕਿਸਾਨੀ ਹੈ ਸਾਡੇ ਪੰਜਾਬ ਦੀ ਪੰਜਾਬ ਜਾਣੇ ਕਿਸਾਨੀ ਨਾਲ ਜਾਂਦਾ ਜੇ ਸਾਡੀ ਕਿਸਾਨੀ ਖਤਰੇ ਦੇ ਵਿੱਚ ਹੈ ਜਦੋਂ ਸ਼ੰਭੂ ਬੈਰੀਅਰ ਦੇ ਉੱਪਰ ਪਤਾ ਲੱਗਿਆ ਕਿ ਉਹ ਬਿਸ਼ਾਰਾ ਮਾਰ ਰਹੇ ਨੇ ਟੋਏ ਪੁੱਟ 'ਤੇ ਅਤੇ ਕਿਸ ਤਰੀਕੇ ਨਾਲ ਬੈਰੀਕੇਡ ਲਗਾ ਕੇ ਉਹਨਾਂ ਨੂੰ ਰੋਕਿਆ ਜਾ ਰਿਹਾ ਸੀਗਾ ਤਾਂ ਦਿਲ ਉੱਥੋਂ ਹੋਇਆ ਮੈਰਿਜ ਦੇ ਵਿੱਚ ਸੀਗਾ ਕਿਸੇ ਫੰਕਸ਼ਨ ਦੇ ਵਿੱਚ ਮੈਂ ਕਿਹਾ ਨਹੀਂ ਉੱਥੋਂ ਨਿਕਲਿਆ ਮੈਂ ਬੈਗ ਚੱਕਿਆ ਉਹ 'ਚ ਵੈਸੇ ਹੀ ਦੋ ਚਾਰ ਦੋ ਕੱਪੜੇ ਰੱਖੇ ਅਤੇ ਗੱਡੀ ਚੱਕੀ ਸਿੱਧਾ ਔਰ ਪਹਿਲੇ ਜਥੇ ਦੇ ਵਿੱਚ ਮੈਂ ਇੱਥੇ ਆਇਆ ਸਭ ਤੋਂ ਅੱਗੇ ਜਦੋਂ ਇਹਨਾਂ ਨੇ ਆਸੂ ਗੈਸ ਦੇ ਉਹਦੇ ਨਾਲ ਸਾਨੂੰ ਵੈਲਕਮ ਕੀਤਾ ਸੀਗਾ ਤਾਂ ਮੈਂ ਉਹਦੇ ਵਿੱਚ ਸੀਗਾ ਉਸ ਜਥੇ ਦੇ ਵਿੱਚ ਤਾਂ ਉਸ ਤੋਂ ਬਾਅਦ ਲਗਾਤਾਰ ਹੀ ਇੱਥੇ ਅਗਲੇ ਦਿਨ ਅਸੀਂ ਫਰੂਟ ਦਾ ਵੀ ਇੱਥੇ ਹਰਿਆਣੇ ਦੇ ਜਿਹੜੇ ਸਾਡੇ ਭਾਈਚਾਰੇ ਦੇ ਮੁਸਲਿਮ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਨਾਲ ਮਿਲ ਕੇ ਇੱਥੇ ਅਸੀਂ ਪਹਿਲਾਂ ਫਰੂਟ ਦਾ ਵੀ ਲੰਗਰ ਲਗਾਇਆ ਸੀਗਾ ਉਸ ਤੋਂ ਬਾਅਦ ਮਲੇਰਕੋਟਲੇ ਤੋਂ ਅਸੀਂ ਦੇਗਾਂ ਲੈ ਕੇ ਇੱਥੇ ਪਹੁੰਚੇ ਸੀਗੇ ਨਾਲ ਸਾਨੂੰ ਸਾਥ ਮਿਲਿਆ ਦਿੱਲੀ ਦੇ ਭਰਾਵਾਂ ਦਾ ਸਾਡਿਆਂ
ਹੁਣ ਮਲੇਰਕੋਟਲੇ ਵਾਲੀ ਟੀਮ ਹੈ ਉੱਥੇ ਵਾਪਸ ਭੇਜਤੀ ਹੈ ਔਰ ਦਿੱਲੀ ਦੇ ਜਿਹੜੇ ਸਾਡੇ ਭਰਾ ਇਹ ਮੇਰੇ ਨਾਲ ਇੱਥੇ ਡਟੇ ਹੋਏ ਨੇ ਰੋਜ਼ ਇਹ ਖਿਦਮਤ ਕਰ ਰਹੇ ਨੇ ਇਹ ਵੀ ਕਹਿੰਦੇ ਸਾਡੇ ਕਿਸਾਨ ਵੀਰ ਨੇ ਸਾਡੀ ਵੀ ਲੜਾਈ ਲੜ ਰਹੇ ਇਹਨਾਂ ਨੂੰ ਵੀ ਸਮਝ ਆਈ ਹੋਈ ਹੈ ਜੇ ਇਹੀ ਸਮਝ ਸਾਰੇ ਇੰਡੀਆ ਨੂੰ ਆ ਜਾਵੇ ਨਾ ਤਾਂ ਬਹੁਤ ਜਲਦੀ ਹੱਲ ਹੋ ਜਾਊਗਾ ਤੇ ਵੀਰ ਜੀ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਇੰਡੀਆ ਦੀ ਜਿਹੜੀ ਆਮ ਆਵਾਮ ਹੈਗੀ ਆ ਉਹ ਜਾਗ ਚੁੱਕੀ ਆ ਤੇ ਕਿਸਾਨਾਂ ਦਾ ਕਿੰਨੇ ਹੱਦ ਤੱਕ ਜਿਹੜੀ ਹੈਗੀ ਉਹ ਸਾਥ ਦੇ ਰਹੀ ਆ ਕਿਉਂਕਿ ਦਿੱਲੀ ਵਿੱਚ ਅਸੀਂ ਹੁਣ ਕੱਲ੍ਹ ਦੇ ਇੱਥੇ ਪਹੁੰਚੇ ਹੋਏ ਹਾਂ ਜਿੱਦਾਂ ਤੁਸੀਂ ਪਹਿਲਾਂ ਹੀ ਕਹਿ ਕਿ ਲੰਗਰ ਦੀ ਕਤਾਰ ਦੇ ਵਿੱਚ ਜਿਹੜੇ ਇੱਥੇ ਲੋਕਲਸ ਹੈਗੇ ਆ ਲੇਬਰ ਜਿਹੜੀ ਕਰ ਰਹੀ ਆ ਆਸੇ ਪਾਸੇ ਕੰਮ ਉਹ ਵੀ ਜਿਹੜੇ ਹੈਗੇ ਆ ਚਾਹੇ ਝੁੱਗੀਆਂ ਦੇ ਵਿੱਚ ਰਹਿਣ ਵਾਲੇ ਆ ਉਹ ਵੀ ਲੰਗਰ ਇੱਥੋਂ ਮੈਨੇ ਦਿਹਾੜੀ ਵਿੱਚ ਪਤਾ ਨਹੀਂ ਕਿੰਨੀ ਕੁ ਵਾਰ ਛੱਕ ਕੇ ਜਾਂਦੇ ਹੋਣੇ ਆ ਅਤੇ ਉਹ ਵੀ ਇਹਨਾਂ ਦੇ ਸੰਘਰਸ਼ ਦੇ ਵਿੱਚ ਇੱਕ ਆਪਣਾ ਯੋਗਦਾਨ ਪਾ ਰਹੇ ਆ ਬਿਲਕੁਲ ਜੀ ਅਸੀਂ ਪੈਕ ਵੀ ਵਰਗੀਆਂ ਉਹਨਾਂ ਨੂੰ ਕਰਕੇ ਦਿੰਦੇ ਹਾਂ ਲੰਗਰ ਇੱਥੋਂ ਪੈਕ ਵੀ ਤੁਸੀਂ ਲੈ ਜਾਓ ਉੱਥੇ ਲਿਜਾ ਕੇ ਖਿਲਾਓ ਕਿਸੇ ਦੇ ਮੂੰਹ 'ਚ ਪੈਣਾ ਚਾਹੀਦਾ ਠੀਕ ਹੈ ਤਾਂ ਇੰਡੀਆ ਦੀ ਜਿਹੜੀ ਜਨਤਾ ਨੂੰ ਜਾਗਣਾ ਤਾਂ ਪੈਣਾ ਹੀ ਹੈ ਨਹੀਂ ਤਾਂ ਦੇਖੋ ਹੌਲੀ ਹੌਲੀ ਤੁਹਾਡੀ ਰੇਲ ਵੇਚਤੀ ਤੁਹਾਡੇ ਏਅਰਪੋਰਟ ਵੇਚਤੇ ਤੁਹਾਡੇ ਟੈਲੀਕਾਮ ਵੇਚਤੀ ਹੌਲੀ ਹੌਲੀ ਵੇਚਦੇ ਵੇਚਦੇ ਇਹ ਨਾ ਹੋਵੇ ਇੱਕ ਦਿਨ ਇਹ ਸਾਨੂੰ ਵੀ ਵੇਚ ਦੇਵੇ ਠੀਕ ਹੈ ਮੈਨੂੰ ਲੱਗਦਾ ਕਿ ਹੁਣ ਜੇ ਸਾਡੀ ਇਹ ਕਾਲੇ ਕਾਨੂੰਨ ਜਿਹੜੇ ਲੈ ਕੇ ਆਏ ਆ ਉਹ ਸਾਨੂੰ ਵੇਚਣ ਤੇ ਹੀ ਲਾਇਆ ਹੋਇਆ ਹੈ ਨਾ ਕਿਸਾਨ ਪਰਿਵਾਰਾਂ ਤੋਂ ਹੀ ਆਪਾਂ ਪਹਿਲਾਂ ਜਿਹੜੇ ਕਿੱਤੇ ਹੁੰਦੇ ਸੀ ਕਿਸਾਨੀ ਦੇ ਹੁੰਦੇ ਹੁਣ ਜਿਹੜਾ ਅੱਜ ਇਹਨਾਂ ਨੇ ਦੇਖ ਲਿਆ ਦੇਖੋ ਬਿਜ਼ਨਸਮੈਨ ਹੈ ਜਿਹੜਾ ਇਹਨਾਂ ਦੇ ਜਿਹੜੇ ਸੀਓ ਹੁੰਦੇ ਨੇ ਬਹੁਤ ਮਹਿੰਗੀਆਂ ਮਹਿੰਗੀਆਂ ਤਨਖਾਹਾਂ ਉਹ ਸੋਚਦੇ ਨੇ ਥਿੰਕ ਟੈਂਕ ਹੁੰਦੇ ਨੇ ਉਹਨਾਂ ਨੇ ਕਰੋਨਾ ਦੇ ਕਾਲ ਦੇ ਵਿੱਚ ਇੱਕ ਚੀਜ਼ ਨੋਟ ਕੀਤੀ ਕਿ ਯਾਰ ਵੀ ਜਦੋਂ ਕੋਈ ਐਮਰਜੈਂਸੀ ਐਸੀ ਲੱਗ ਜਾਵੇ ਜਦੋਂ ਵਾਇਰਸ ਆ ਗਿਆ ਜਿਵੇਂ ਜਾਂ ਕੋਈ ਐਸੀ ਪੈਂਡੈਮਿਕ ਆ ਗਈ ਜਾਂ ਫਿਰ ਸਮਝ ਲਓ ਕੋਈ ਉਸ ਤੋਂ ਇਲਾਵਾ ਕੋਈ ਡਿਜ਼ਾਸਟਰ ਜਾਂ ਫਿਰ ਕੋਈ ਵਾਰ ਇਹੋ ਜਿਹੇ ਟਾਈਮ ਦੇ ਵਿੱਚ ਇਹਨਾਂ ਦੀ ਕੋਈ ਗੱਡੀ ਨਹੀਂ ਵਿਕੀ ਇਹਨਾਂ ਦਾ ਕੋਈ ਪੈਟਰੋਲ ਨਹੀਂ ਵਿਕਿਆ ਇਹਨਾਂ ਦੇ ਕੱਪੜੇ ਲੀੜੇ ਕੁਛ ਨਹੀਂ ਵਿਕਿਆ ਇੱਕ ਚੀਜ਼ ਸੀਗੀ ਜਿਹਦੇ ਬਿਨਾਂ ਬੰਦਾ ਨਹੀਂ ਜਿੱਦਾਂ ਰਹਿ ਸਕਦਾ ਉਹ ਹੈਗਾ ਸੀਗਾ ਅਨਾਜ ਇਹਨਾਂ ਨੇ ਸੋਚਿਆ ਕਿ ਕਿਉਂ ਨਾ ਯਾਰ ਇਹ ਇੱਕ ਐਸੀ ਇੰਡਸਟਰੀ ਹੈ ਬਾਕੀ GDP ਮਾਈਨਸ ਦੇ ਵਿੱਚ ਚਲੀ ਗਈ ਠੀਕ ਹੈ ਵੀ ਇਹ ਇਕੱਲੀ ਇੱਕ ਐਸੀ ਉਹ ਹੈ ਜਿਹਦੇ 'ਚ ਐਪਰੀਸੀਏਸ਼ਨ ਸੀਗੀ ਜਿਹਦੇ ਵਿੱਚ ਪਲੱਸ ਦੇ ਵਿੱਚ ਗਈ ਹੈ ਇਹ 4.5% ਆਈ ਥਿੰਕ ਤਾਂ ਇਹਨਾਂ ਨੇ ਸੋਚਿਆ ਕਿਉਂ ਨਾ ਇਹਦੇ 'ਤੇ ਕਬਜ਼ਾ ਕੀਤਾ ਜਾਵੇ ਵੀ ਇਸ ਤੋਂ ਵੱਧ ਪ੍ਰੋਫਿਟ ਹੋਰ ਕੀ ਹੋਊਗਾ ਵੀ ਤਾਂ ਇਹਨਾਂ ਨੇ ਆਪਣੇ ਜਿਹੜੇ ਪਿੱਠੂ ਵੀ ਕਹੂੰਗਾ ਮੈਂ ਉਹਨਾਂ ਨੂੰ ਕਹਿ ਕੇ ਇਹ ਕਾਨੂੰਨ ਮੈਂ ਪਹਿਲਾਂ ਤਾਂ ਇਹ ਪੁੱਛਣਾ ਚਾਹੁੰਦਾ ਵੀ ਮੋਦੀ ਜੀ ਇਹ ਕਾਨੂੰਨ ਮੰਗੇ ਕਿਹਨੇ ਸੀਗੇ ਉਹ ਕਿਸਾਨਾਂ ਨੂੰ ਸਾਹਮਣੇ ਤਾਂ ਕਰੋ ਜ਼ਰਾ ਹਾਂਜੀ ਉਹਨਾਂ ਦੀ ਆਪਾਂ ਇੱਜ਼ਤ ਅਫਜਾਈ ਕਰੀਏ ਉਹਨਾਂ ਦੀ ਹੌਸਲਾ ਅਫਜਾਈ ਕਰੀਏ ਵੀ ਤੁਸੀਂ ਬਹੁਤ ਵਧੀਆ ਤੁਸੀਂ ਉਹ ਕੀਤੇ ਨੇ ਉਹ ਬੰਦੇ ਤਾਂ ਅੱਜ ਤੱਕ ਇਹਨਾਂ ਨੇ ਸਾਹਮਣੇ ਨਹੀਂ ਕੀਤੇ ਕਿਹਨੇ ਮੰਗੇ ਸੀਗੇ ਇਹ 3 ਕਾਨੂੰਨ ਜਿਹੜੇ ਕਿਸਾਨ ਇੰਨੇ ਸਾਲਾਂ ਦਾ ਸੰਘਰਸ਼ ਕਰ ਰਿਹਾ ਜਿਹੜੇ ਕਹਿ ਰਹੇ ਨੇ ਕਿ ਸਾਡੇ ਕਰਜ਼ੇ ਮਾਫ਼ ਕਰ ਦਿਉ ਉਹ ਕਰਜ਼ੇ ਤੁਸੀਂ ਕਰ ਦਿਉ ਮਾਫ਼ ਅਗਰ ਤੁਸੀਂ ਜ਼ਿਆਦਾ ਹਮਦਰਦ ਬਣਦੇ ਹੋ ਕਿਸਾਨਾਂ ਦੇ ਤੁਸੀਂ ਕਰਜ਼ੇ ਕਿਉਂ ਨਹੀਂ ਮਾਫ਼ ਕਰ ਰਹੇ ਤੁਸੀਂ ਹੋਰ MSP ਦੇ ਉੱਪਰ ਤੁਸੀਂ ਕਾਨੂੰਨ ਬਣਾ ਦਿਉ ਵੀ MSP ਤੋਂ ਘੱਟ ਅਗਰ ਕੋਈ ਵੀ ਬੰਦਾ ਫਸਲ ਸਾਡੀ ਖਰੀਦੂਗਾ ਚਾਹੇ ਸਰਕਾਰ ਹੋਵੇ ਚਾਹੇ ਕੋਈ ਗੈਰ ਸਰਕਾਰੀ ਬੰਦਾ ਹੋਵੇ ਅਗਰ ਉਹ ਪਾਇਆ ਗਿਆ ਤਾਂ ਉਹਨੂੰ 5 ਸਾਲ ਦੀ ਸਜ਼ਾ ਇਸ ਤੋਂ ਬਾਅਦ ਤੁਸੀਂ ਮੰਡੀ ਸਿਸਟਮ ਹੈ ਜਿਹੜਾ ਉਹਨੂੰ ਚੰਗਾ ਕਰੋ ਚੰਗੇ ਤਰੀਕੇ ਨਾਲ ਕਿਸਾਨਾਂ ਨੂੰ ਰੁਲ ਲਾਉਣਾ ਪਵੇ ਉੱਥੇ ਜਾ ਕੇ ਉਹ ਰਿਫੋਰਮ ਉਹ ਚੀਜ਼ਾਂ ਨੂੰ ਤਾਂ ਤੁਸੀਂ ਇਗਨੋਰ ਕਰ ਰਹੇ ਹੋ ਤੁਸੀਂ ਲਿਆ ਕੇ ਸਿੱਧੇ ਹੀ ਸ਼ਰੇਆਮ ਹੀ ਡਾਕਾ ਦੇਖੋ ਦਿਨ ਦਿਹਾੜੇ ਹੀ ਡਾਕਾ ਸਾਡੇ ਹੱਕਾਂ ਦੇ ਉੱਪਰ ਸ਼ਰੇਆਮ ਸਾਨੂੰ ਵੇਚਿਆ ਜਾ ਰਿਹਾ ਬਿਲਕੁਲ ਤੁਹਾਡੀ ਗੱਲ ਹੈ ਸਾਨੂੰ ਹੀ ਵੇਚਤਾ ਸਾਡੀਆਂ ਜ਼ਮੀਨਾਂ ਅਸੀਂ ਜ਼ਮੀਨਾਂ ਪਿੱਛੇ ਕਾਹਦੇ ਹਾਂ ਸਾਡੇ ਤਾਂ ਵੱਟਾਂ ਦੇ ਰੌਲੇ ਜਾ ਕੇ ਸੁਪਰੀਮ ਕੋਰਟ 'ਚ ਮੁੱਕਦੇ ਸੀਗੇ ਇਹਦਾ ਫਿਰ ਜ਼ਮੀਨ ਹੈ ਹੁਣ ਤਾਂ ਹੀ ਹੌਲੀ ਹੌਲੀ ਜਿੰਨਾ ਕਿ ਇਹਨੂੰ ਲੱਗਦਾ ਨਾ ਵੀ ਹਾਂ ਪੰਜਾਬ ਉੱਠ ਕੇ ਆ ਕੇ ਕੰਟਰੋਲ 'ਚ ਕਰ ਲੂੰਗਾ ਮੈਂ ਸਕੀਮਾਂ ਬਣਾ ਰਿਹਾ ਵੀ ਇੱਧਰੋਂ ਲਾ ਲੂੰ ਫੋਰਸ ਹੈ ਉੱਧਰੋਂ ਲਾ ਲੂੰਗਾ ਉਹਨੂੰ ਸਮਝਾ ਦਈਏ ਵੀ ਇੰਨਾ ਕੁ ਤਾਂ ਸਾਡੇ ਇਕੱਠ ਸ਼ਹੀਦੀ ਜੋੜ ਮੇਲੇ 'ਤੇ ਹੋ ਜਾਂਦਾ ਠੀਕ ਹੈ ਹਲੇ ਜਿੱਦਣ ਪੰਜਾਬ ਪੂਰਾ ਉੱਠ ਕੇ ਆ ਗਿਆ ਨਾ ਇੱਥੇ ਸਾਹ ਲੈਣ ਨੂੰ ਹਵਾ ਨਹੀਂ ਰਹਿਣ ਦੇਣੀ ਇੰਨੀ ਦੁਨੀਆ ਇਨਸ਼ਾਅੱਲਾ ਇੱਥੇ ਆ ਜੂਗੀ ਇੰਨੇ ਲੋਕ ਸਾਰੇ ਇੰਡੀਆ ਦੇ ਇੱਥੇ ਇਕੱਠੇ ਆ ਜਾਣਗੇ ਇਹ ਪਹਿਲਾਂ ਹੀ ਕਹਿੰਦੇ ਨੇ ਸਾਡੀ ਹਵਾ ਦੇ ਵਿੱਚ ਪੋਲਿਊਸ਼ਨ ਬਹੁਤ ਹੈ ਜੀ ਬਹੁਤ ਸਾਹ ਨਹੀਂ ਆਉਂਦਾ ਹੈ ਇੱਥੇ ਸਾਹ ਲੈਣਾ ਵੀ ਔਖਾ ਕਰ ਦਾਂਗੇ ਇੱਥੇ ਜੇ ਨਾ ਪਿੱਛੇ ਮੁੜਿਆ ਜਲਦ ਤੋਂ ਜਲਦ ਇਹਨੂੰ ਇਹ ਕਾਨੂੰਨ ਜਿਹੜੇ ਨੇ ਕਾਲੇ ਕਾਨੂੰਨ ਸਾਡੀ ਮੌਤ ਦੇ ਜਿਹੜੇ ਕਿਸਾਨਾਂ ਦੇ ਬਰੰਟੇ ਨੇ ਕੱਢੇ ਨੇ ਇਹ ਵਾਪਸ ਲੈਣੇ ਹੀ ਪੈਣਗੇ ਇਹ ਜੋ ਮਰਜ਼ੀ ਇਹ ਸਾਨੂੰ ਬਾਰ ਬਾਰ ਮੀਟਿੰਗਾਂ ਦੇ ਵਿੱਚ ਝਾਂਸੇ ਦੇ ਕੇ ਮੈਂ ਬਲਕਿ ਇਹ ਪਹਿਲਾਂ ਵੀ ਗੱਲ ਕਹੀ ਸੀ ਕਿ ਜਿਹੜੇ ਕਿਸਾਨ ਵੀਰ ਵੀ ਨੇ ਉਹ ਵੀ ਇਹਨਾਂ ਦੇ ਝਾਂਸੇ 'ਚ ਨਾ ਮੀਟਿੰਗਾਂ ਇਹਨਾਂ ਨਾਲ ਕਰਨ ਦੀ ਕੋਈ ਲੋੜ ਹੀ ਨਹੀਂ ਇਹ ਤਾਂ ਕਠਪੁਤਲੀਆਂ ਨੇ ਮੀਟਿੰਗਾਂ 'ਚ ਇਹਨਾਂ ਨੂੰ ਕਹੋ ਵੀ ਸਾਨੂੰ ਅਗਲੀ ਮੀਟਿੰਗ ਹੈ ਉਹਦੇ 'ਚ ਅੰਬਾਨੀ ਨੂੰ ਬੁਲਾ ਲਓ ਅਡਾਨੀ ਨੂੰ ਬੁਲਾ ਲਓ ਦੋਨਾਂ ਨੂੰ ਬਿਠਾਓ ਬਰਾਬਰ ਸ਼ਾਮ ਤੱਕ ਫੈਸਲਾ ਨਿਕਲ ਜਾਣਾ ਹੋ ਜਾਣਾ ਸਹੀ ਗੱਲ ਹੈ ਸਹੀ ਗੱਲ ਹੈ ਉਹਨਾਂ ਨੂੰ ਕਹਿ ਦਿਓ ਕਿ ਵੀ ਭਾਈ ਅਸੀਂ ਤੁਹਾਡੇ ਬਾਕੀ ਸਾਰੇ ਬਿਜ਼ਨਸ ਦਾ ਬਾਇਕਾਟ ਕਰਾਂਗੇ ਸਾਰੇ ਇੰਡੀਆ ਦੇ ਵਿੱਚ ਅਸੀਂ ਮੁਹਿੰਮ ਚਲਾਵਾਂਗੇ ਵੀ ਤੁਸੀਂ ਕਰੋ ਸਾਡੇ ਖੇਤਾਂ ਦੇ ਕਬਜ਼ਾ ਅਸੀਂ ਤੁਹਾਡੇ ਸਟੋਰ ਬਾਕੀ ਵੀ ਉਹ ਕਰਾ ਦਾਂਗੇ
ਇਹ ਸ਼ਾਮ ਤੱਕ ਹੱਲ ਨਿਕਲ ਜਾਣਾ। ਅਸਲ 'ਚ ਆਪਾਂ ਗਲਤ ਡਾਇਰੈਕਸ਼ਨ ਦੇ ਵਿੱਚ ਉਹ ਕਰ ਰਹੇ ਹਾਂ ਨਾ, ਉਹ ਵੀ ਮੰਤਰੀ ਜੀ ਦੇ ਵੀ ਮੂੰਹ 'ਚੋਂ ਨਿਕਲ ਗਿਆ ਉਸ ਦਿਨ, ਕਹਿੰਦੇ ਵੀ ਕਹਿੰਦੇ ਨੇ ਵੀ ਅਗਰ ਆਪ ਕੇ ਕਿਸੇ ਮੈਂ ਕਾਨੂੰਨ ਰੱਦ ਕਰ ਦੂੰ ਤੋ ਕੱਲ ਕੋ ਅੰਬਾਨੀ ਅਡਾਨੀ ਮੁਝੇ ਕਹੇ ਕਾਨੂੰਨ ਬਣਾਓ ਤੋ ਮੈਂ ਕਿਆ ਕਰੂੰਗਾ। ਫਿਰ ਮੀਟਿੰਗ ਦੇ ਵਿੱਚੋਂ ਵੀ 15-15 ਮਿੰਟ ਬਾਅਦ ਉੱਠ ਕੇ ਜਾ ਰਹੇ ਸੀਗੇ, ਗੱਲ ਕਰ ਰਹੇ ਸੀਗੇ, ਫਿਰ ਉਹ ਬੰਦੇ ਨੂੰ ਜਿਹਦੇ ਨਾਲ ਗੱਲ ਕਰ ਅਸੀਂ ਬੁਲਾ ਹੀ ਲਓ ਆਪਾਂ, ਸਹੀ ਗੱਲ ਕਿਉਂ ਟੱਕਰਾਂ ਮਾਰੀ ਜਾਂਦੇ ਆਪਾਂ। ਠੀਕ ਹੈ, ਇਹਨਾਂ ਨੂੰ ਮੈਂ ਤਾਂ ਬਲਕਿ ਕਹਿੰਦਾ ਮੀਟਿੰਗ ਨਹੀਂ, ਉਹਨਾਂ ਨੂੰ ਕਹੋ ਵੀ ਤੁਸੀਂ ਮੀਡੀਆ ਦੇ ਜ਼ਰੀਏ ਗੱਲ ਕਰੋ ਜਿਹੜੀ ਕਰਨੀ ਹੈ। ਠੀਕ ਹੈ, ਅਸੀਂ ਨਹੀਂ ਆਉਂਦੇ ਹੈਗੇ ਹੁਣ, ਕੋਈ ਗੱਲ ਨਹੀਂ ਅਸੀਂ ਬੈਠੇ ਹਾਂ, ਕੋਈ ਗੱਲ ਨਹੀਂ, ਤੁਸੀਂ ਜਿਹੜਾ ਸਾਡੇ ਤੋਂ ਉਹ ਕਰਨਾ, ਅਸੀਂ ਮੀਟਿੰਗ ਨਹੀਂ ਕੋਈ ਆਉਣਾ ਹੈਗਾ, ਤੁਸੀਂ ਜੋ ਤੁਹਾਡੇ ਕੋਲੋਂ ਹੁੰਦਾ ਤੁਸੀਂ ਜਿਹੜੀ ਵੀ ਟਾਕ ਹੋਊਗੀ ਹੁਣ ਮੀਡੀਆ ਦੇ ਜ਼ਰੀਏ ਹੋਊਗੀ, ਬਸ ਹੁਣ ਗੱਲ ਹੀ ਖਤਮ ਹੈ, ਤੁਸੀਂ ਰੱਦ ਕਰੋ, ਅਸੀਂ ਘਰ ਨੂੰ ਮੁੜਦੇ ਹਾਂ। ਮੈਂ ਇਹ ਗੱਲ ਕਹਿ ਕੇ ਇਹਨਾਂ ਨੂੰ ਐਲਾਨ ਕਰਕੇ ਬਸ ਵਾਪਸ ਵੀ ਹੁਣ ਜਾਓ ਤੁਸੀਂ। ਵੀਰ ਜੀ, ਬਹੁਤ ਹੀ ਤੁਸੀਂ ਵਧੀਆ ਗੱਲ ਕੀਤੀ ਆ ਕਿ ਜਿਹੜੇ ਸਾਡੇ ਕਿਸਾਨ ਜਥੇਬੰਦੀਆਂ ਆ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਆ ਕਿ ਉਹ ਜਦੋਂ ਹਰ ਵੀ ਅੰਬਾਰ ਜਿਹੜਾ ਹੈਗਾ ਮੂੰਹ ਦੇ ਉੱਤੇ ਮਾਰ ਕੇ ਉਹ ਵਾਪਸ ਭੇਜ ਦਿੰਦੇ ਆ, ਅਤੇ ਜਿਹੜੀ ਗੱਲ ਤੁਸੀਂ ਕਹੀ ਆ ਮੈਨੂੰ ਬਹੁਤ ਹੀ ਵਧੀਆ ਲੱਗੀ ਆ, ਅਤੇ ਬਹੁਤ ਬਹੁਤ ਥੈਂਕ ਯੂ ਸੋ ਮੱਚ। ਅਤੇ ਜਿਹੜੇ ਚੌਲ ਤੁਸੀਂ ਵਰਤਾ ਰਹੇ ਆ ਸਾਰਿਆਂ ਦੇ ਵਿੱਚ ਇੱਕ ਮਿੱਠੇ ਦਾ ਸੰਦੇਸ਼ ਦੇ ਰਹੇ ਹਾਂ, ਇੱਕ ਪਿਆਰ ਦਾ ਸੰਦੇਸ਼ਾ ਵੰਡ ਰਹੇ ਹਾਂ, ਅਤੇ ਅਸੀਂ ਤਾਂ ਇਹ ਅਰਦਾਸਾ ਕਰਦੇ ਹਾਂ ਕਿ ਸਾਡੇ ਇਸ ਭਾਈਚਾਰੇ ਦੇ ਵਿੱਚ ਇੱਦਾਂ ਹੀ ਪਿਆਰ ਪ੍ਰੇਮ ਤੁਸੀਂ ਖੇਡਦੇ ਰਹੋ, ਅਤੇ ਵਾਹਿਗੁਰੂ ਤੁਹਾਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ੇ। ਵੀਰ ਜੀ, ਤੁਸੀਂ ਕੁਛ ਕਹਿਣਾ ਚਾਹੋਗੇ? ਮੈਂ ਤਾਂ ਭੈਣ ਜੀ ਇਹਨਾਂ ਦਾ ਪਿਆਰ ਦੇਖ ਕੇ ਜੀ, ਸਾਡਾ ਬਹੁਤ ਭਾਈਚਾਰਾ ਸਕੈਮ ਆ, ਜੇ ਮੋਦੀ ਫੁੱਟ ਨਾ ਪਾਵੇ, ਮੋਦੀ ਦੇ ਨੀਤੀਆਂ ਇਹੀ ਆ, ਪਾੜੋ ਅਤੇ ਰਾਜ ਕਰੋ, ਮੁਸਲਮਾਨ ਭਾਈਚਾਰੇ ਨੂੰ ਵੰਡ ਕਰਤਿਆ, ਹਿੰਦੂਆਂ ਨੂੰ ਦੂਜੇ ਪਾਸੇ ਲੜਾ ਰਿਹਾ, ਅਸੀਂ ਉਹਨੂੰ ਦੱਸਣਾ ਚਾਹੁੰਦੇ ਹਾਂ ਸਾਡਾ ਜੋ ਮਰਜ਼ੀ ਉਹਦੇ, ਸਾਡਾ ਭਾਈਚਾਰਾ ਇੱਦਾਂ ਕਾਇਮ ਰਹੇਗਾ ਅਤੇ ਮਰਦੇ ਦਮ ਤੱਕ ਅਸੀਂ ਭਾਈਚਾਰਾ ਕਾਇਮ ਰੱਖਾਂਗੇ। ਥੈਂਕ ਯੂ ਸੋ ਮਚ ਜੀ। ਵੀਰ ਜੀ, ਤੁਸੀਂ ਕੁਛ ਕਹੋਗੇ? ਚਲੋ, ਤੁਸੀਂ ਕਹਿਣਾ ਕੁਛ? ਬਸ ਜੀ, ਤੁਸੀਂ ਸਿਰਫ ਸਾਡੀ ਇੰਨੀ ਅਸੀਂ ਇਕੱਠੇ ਹਾਂ ਸਾਰੇ, ਅਸੀਂ ਸਾਰੇ ਇਕੱਠੇ ਹਾਂ, ਔਰ ਜਿਹੜਾ ਮਿੱਠਾ ਖਿਲਾਉਣ ਦਾ ਜਿਹੜਾ ਇੱਕ ਰੀਜ਼ਨ ਹੈ, ਮਿੱਠਾ ਖਿਲਾਉਣ ਦਾ ਰੀਜ਼ਨ ਇਹ ਹੈ ਵੀ ਇਹ ਲੋਕਾਂ ਨੇ ਸਾਨੂੰ ਜੋੜਤਾ, ਸਾਨੂੰ ਆਪਸ 'ਚ ਜੋੜਤਾ, ਤਾਂ ਅਸੀਂ ਮਿੱਠੇ ਖਿਲਾ ਖਿਲਾਉਂਦੇ ਹਾਂ। ਇੱਕ ਇਹਨੇ ਇਤਿਹਾਸ ਜਿਹੜਾ ਪੰਜਾਬ ਨੂੰ ਕਹਿੰਦੇ ਸੀ ਨਾ ਕਿ ਹਾਂ ਜੀ ਇਹ ਤਾਂ ਜੀ ਨਸ਼ੇੜੀ ਹੋ ਗਏ, ਮੁੰਡੇ ਹੋ ਗਏ, ਆਹ ਦੇਖੋ ਐਸੇ ਐਸੇ ਇਹ ਨਾਰੇ ਲਾਉਂਦੇ ਨੇ ਰਾਤ ਨੂੰ ਜਦੋਂ ਨਿਕਲਦੇ ਨੇ ਟਰੈਕਟਰਾਂ ਦੇ ਉੱਪਰ, ਜੇ ਉਹ ਸੁਣ ਲਵੇ ਨਾ, ਐਸੇ ਐਸੇ ਨਾਰੇ ਲਾਉਂਦੇ ਨੇ ਸਾਡੇ ਜਵਾਨ ਜਿਹੜੇ ਉੱਥੋਂ ਉੱਠ ਕੇ ਆਏ ਨੇ, ਇਹ ਸ਼ਰਮ ਨਾਲ ਡੁੱਬ ਕੇ ਮਰ ਜਾਵੇ ਜੈਸੇ ਉਹ ਨਾਰੇ ਲਾ ਕੇ ਗਏ ਨੇ ਰਾਤ ਨੂੰ ਉੱਥੇ ਪਿਆ ਸੀਗਾ। ਇਹ ਜਿਹੜਾ ਸਾਨੂੰ ਕਹਿੰਦਾ ਸੀ ਨਾ ਪੰਜਾਬ ਉੜਤਾ, ਪੰਜਾਬ ਫਿਲਮਾਂ ਬਣਾਉਂਦਾ ਨੀ ਸਾਡੇ, ਤੇ ਆਹ ਦੇਖ ਲੈ ਆ ਗਿਆ, ਉੜ ਕੇ ਆ ਗਿਆ ਪੰਜਾਬ, ਟੱਪ ਕੇ ਆ ਗਿਆ, ਇਹਨੇ ਗੱਡੇ ਗੱਡੇ ਖੋਦਤੇ ਸੀ ਨਾ ਹਰਿਆਣੇ ਦੇ ਰਸਤੇ, ਉਹ ਕਰਤੇ ਸੀ, ਉਹ ਉੜ ਕੇ ਹੀ ਆ ਗਏ। ਫਿਰ ਹਿੰਦੂ ਸਿੱਖ ਮੁਸਲਮਾਨ ਈਸਾਈ ਆਪਸ ਮੇਂ ਹੈ ਭਾਈ ਭਾਈ, ਭਾਰਤੀ ਕਿਸਾਨ ਜੂਨੀਅਰ ਜਿੰਦਾਬਾਦ, ਸਾਡਾ ਇੱਕ ਜਿੰਦਾਬਾਦ, ਹਿੰਦੂ ਸਿੱਖ ਮੁਸਲਮਾਨ ਈਸਾਈ ਜਿੰਦਾਬਾਦ, ਬੋਲੇ ਸੋਨਿਹਾਲ ਨਾਰਾਏ ਤਕਬੀਰ। ਤੇ ਦੋਸਤੋ, ਉਮੀਦ ਕਰਦੀ ਹਾਂ ਕਿ ਜਿਹੜਾ ਇਹ ਪਿਆਰ ਦਾ ਸੰਦੇਸ਼ਾ ਸਾਡੇ ਵੀਰ ਇੱਥੇ ਦੇ ਰਹੇ ਆ, ਅਤੇ ਇੱਦਾਂ ਦੇ ਸੰਦੇਸ਼ੇ ਆਪਾਂ ਹਰ ਟਾਈਮ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਦਾਂ ਹੀ ਸਾਡਾ ਪਿਆਰ ਬਣਿਆ ਰਹੇ। ਅਤੇ ਹੁਣ ਮੈਂ ਆਪ ਸਭ ਤੋਂ ਲੈਂਦੀ ਹਾਂ ਇਜਾਜ਼ਤ, ਮਿਲਦੀ ਹਾਂ ਜਲਦੀ। ਥੈਂਕ ਯੂ ਸੋ ਮਚ।